ਤੁਸੀਂ ਆਪ ਸਮਝ ਸਕਦੇ ਹੋ। ਅਤੇ ਇਹ ਇਹ ਕਹਿਣਾ ਵੀ ਅਦਾਲਤ ਦੀ ਬਜਾਏ ਸੋਸ਼ਲ ਮੀਡੀਆ 'ਤੇ ਖੇਡੋ ਆ ਕੇ, ਇਹ ਤਾਂ ਕੋਈ ਗੱਲਾਂ ਨਹੀਂ ਬਣਦੀ ਹੈਗੀ। ਇਸ ਤਰ੍ਹਾਂ ਅਦਾਲਤ ਦਾ ਇੱਕ ਇੱਕ ਪ੍ਰੋਵੀਜ਼ਨ ਹੈ ਸਾਡੀ। ਦੇਖੋ ਜੀ, ਮੈਂ ਉਹਦੇ ਬਾਰੇ ਇਹੀ ਕਹਿਣਾ ਚਾਹੁੰਦਾ ਕਿ ਇਹ ਮਾਮਲਾ ਜਿਹੜਾ ਹੈ ਇਹ ਸਬ ਜੁਡੀਸ਼ੀਅਲ ਹੋ ਚੁੱਕਿਆ, ਅਦਾਲਤ ਦੇ ਵਿੱਚ ਹੈ, ਦਰਜ ਹੋ ਚੁੱਕਿਆ। ਅਤੇ ਜਿਹੜਾ ਅੱਜ ਉਹਨਾਂ ਬਿਆਨ ਦਿੱਤਾ ਹੈ ਇਹ ਬਹੁਤ ਹੀ, ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਸਾਨੂੰ ਗੱਲਾਂ ਸਾਹਮਣੇ ਆ ਰਹੀਆਂ ਨੇ। ਅਤੇ ਉਹਦੇ ਵਿੱਚ ਉਹਨੇ ਅੱਜ ਦੁਬਾਰੇ ਮੁੜ ਕੇ ਫੇਰ ਬੜੇ ਗੰਭੀਰ ਸਾਡੇ 'ਤੇ ਇਲਜ਼ਾਮ ਲਾ ਦਿੱਤੇ। ਜਿਹੜੇ ਇਲਜ਼ਾਮ ਲਾਏ ਨੇ ਉਹਨਾਂ ਲਈ ਹੁਣ ਸਾਡੇ ਵਕੀਲ ਸਾਹਿਬ ਜਿਹੜਾ ਉਹ ਤੈਅ ਕਰਨਗੇ ਕਿ ਕਾਨੂੰਨ ਦੇ ਮੁਤਾਬਕ ਉਹ ਜਿਹੜੀ ਕਾਰਵਾਈ ਆ ਉਹ ਹੋਊਗੀ। ਆਇਆ ਨਵਾਂ ਕੇਸ ਦਰਜ ਕੀਤਾ ਜਾਏਗਾ ਡੈਫਰਾਮੇਸ਼ਨ, ਜਾਂ ਕੋਈ ਹੋਰ ਕੀਤਾ ਜਾਏਗਾ, ਜਾਂ ਉਸੇ ਕੇਸ ਦੇ ਵਿੱਚ ਇਹ ਐਡਮਿਟ ਹੋਏਗਾ, ਜਾਂ ਇਹ ਕੰਟੈਂਪਟ ਆਫ ਕੋਰਟ ਹੈ, ਇਹ ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ, ਇਹ ਵਕੀਲ ਸਾਹਿਬ ਦੱਸ ਸਕਦੇ। ਮੈਂ ਇਹ ਦੱਸ ਸਕਦਾ ਪਰ ਜੋ ਜੋ ਉਹਨੇ ਅੱਜ ਇਲਜ਼ਾਮ ਲਾਏ ਨੇ ਅਸੀਂ ਇਹਦੇ 'ਤੇ ਕਾਨੂੰਨੀ ਕਾਰਵਾਈ ਕਰਾਂਗੇ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਕਿ ਮੈਂ ਇਹ ਇਹ ਗੱਲ ਜਿਹੜੀ ਆ ਇਹ ਕੋਰਟ ਦੇ ਵਿੱਚ ਆ, ਜੋ ਅੱਜ ਅਖਬਾਰਾਂ ਦੇ ਵਿੱਚ ਆਇਆ ਤੁਸੀਂ ਅਖਬਾਰ ਪੜ੍ਹ ਲਓ, ਅਤੇ ਉਹਨਾਂ ਦੇ ਉੱਤੇ ਜਿਹੜਾ ਸਾਡੇ ਵਕੀਲ ਸਾਹਿਬ ਜਿਹੜੇ ਨੇ ਉਹ ਜਿਹੜਾ ਸਲਾਹ ਕਰਕੇ ਜੋ ਅਗਲੀ ਕਾਨੂੰਨੀ ਕਾਰਵਾਈ ਹੋਊਗੀ ਜਿੱਦਣ ਹੋਊਗੀ ਤੁਹਾਨੂੰ ਬੁਲਾ ਕੇ ਦੱਸ ਦਿਆਂਗੇ। ਫਿਰ ਇਲਜ਼ਾਮ ਸੱਚੇ ਝੂਠੇ ਇਹਦਾ ਦੱਸ ਸਕਦੇ ਹੋ? ਬਿਲਕੁਲ ਬਿਲਕੁਲ, ਜੋ ਜਿਹੜਾ ਅਸੀਂ ਕੇਸ ਦਾਇਰ ਕੀਤਾ ਉਹ ਇਸ ਗੱਲ ਦਾ ਕੀਤਾ, ਜਿਹੜਾ 6 ਜੁਲਾਈ ਨੂੰ ਉਹਨੇ ਸਾਡੇ 'ਤੇ ਮੇਰਾ ਨਾਂ ਲੈ ਕੇ ਔਰ ਮੇਰੇ ਪਿਤਾ ਸੰਤ ਬਾਬਾ ਹਰੀ ਸਿੰਘ ਜੀ ਦਾ ਨਾਂ ਲੈ ਕੇ ਜਾਤੀ ਹਮਲੇ ਕੀਤੇ ਉਹਦੇ 'ਤੇ ਕੀਤਾ। ਅਤੇ ਅੱਜ ਉਹਨੂੰ ਰੰਗਤ ਕੁਛ ਹੋਰ ਦੇਣਾ ਚਾਹੁੰਦਾ, ਮਤਲਬ ਜਿਹੜੀ ਆ ਪ੍ਰਚਾਰ ਦੀ, ਉਹਦਾ ਮੈਂ ਕਲੀਅਰ ਕੀਤਾ। ਇਹ ਇਸ ਕਰਕੇ ਮੈਂ ਤੁਹਾਨੂੰ ਜਿਹੜਾ ਹੈਗਾ ਇੱਥੇ ਬੁਲਾਇਆ। ਜਿਹੜੇ ਐਲੀਗੇਸ਼ਨ ਲਾਏ ਨੇ ਸੱਚੇ ਕਿ ਝੂਠੇ, ਇਹਨਾਂ ਕੋਲ ਤੋਂ ਦੱਸੋ। ਜੇ ਇਹ ਸੱਚੇ ਹੋਣ ਤਾਂ ਫਿਰ ਅਸੀਂ ਕਾਨੂੰਨ ਕੋਲ ਜਾਵਾਂਗੇ। ਤੁਸੀਂ ਆਪ ਸੋਚੋ, ਜੇ ਜੇ ਸੱਚੇ ਹੋਣਗੇ ਫਿਰ ਅਸੀਂ ਕਾਨੂੰਨ ਦਾ ਸਹਾਰਾ ਲਵਾਂਗੇ। ਇਸੇ ਕਰਕੇ ਕਾਨੂੰਨ ਕੋਲ ਜਾ ਰਹੇ ਹਾਂ ਵੀ ਜੋ ਜੋ ਕੁਛ ਇਹਨੇ ਪਹਿਲਾਂ ਵੀ ਝੂਠਾ ਸਾਡੇ 'ਤੇ ਜਿਹੜੀਆਂ ਕੀਤੀਆਂ ਅਤੇ ਹੁਣ ਫਿਰ ਕਰ ਰਿਹਾ, ਜੇ ਟਲ ਨਹੀਂ ਰਿਹਾ ਹੈਗਾ। ਮੈਂ ਇੱਕ ਗੱਲ ਤੁਸੀਂ ਹੋਰ ਕਹੀ ਆ ਵੀ ਇਹ ਹੋਰ ਧਰਮਾਂ ਦੇ ਵੀ ਹੋਰ ਧਰਮਾਂ ਬਾਰੇ ਮਾੜਾ ਬੋਲਦੇ ਰਹੇ ਹਾਂ। ਬਿਲਕੁਲ, ਤੁਸੀਂ ਇਹਦਾ ਆਪਣਾ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜਿੱਥੇ ਇਹਦੇ ਉਹ ਸੋਸ਼ਲ ਮੀਡੀਆ 'ਤੇ ਪਈ ਆ ਜੀ, ਅਤੇ ਉਹ ਤੁਸੀਂ ਉਹਦੇ 'ਤੇ ਦੇਖ ਸਕਦੇ ਹੋ। ਕਿਉਂਕਿ ਪਲੀਜ਼, ਇਹ ਮਾਮਲਾ ਸਬ ਜੁਡੀਸ਼ੀਅਲ ਹੋ ਚੁੱਕਿਆ ਇਸ ਵਕਤ। ਮੈਂ ਇਸ ਲਈ, ਮੈਨੂੰ ਲੱਗਦਾ ਨਹੀਂ ਵੀ ਕਾਨੂੰਨ ਮੈਨੂੰ ਇਸ ਗੱਲ ਦੀ ਇਜਾਜ਼ਤ ਦਿੰਦਾ ਕਿ ਮੈਂ ਉਹਨਾਂ ਗੱਲਾਂ ਨੂੰ ਤੁਹਾਡੇ ਸਾਹਮਣੇ ਦੁਹਰਾਵਾਂ।